ਹੁੰਦਾ ਭਾਈ, ਉਹ ਕਿਵੇਂ ਦਾ ਹੁੰਦਾ ਟੈਡੀ ਕਬੂਤਰ? ਕ੍ਰਾਸ ਚ ਮਸਲਨ ਕਿਹੜਾ ਕਿਹੜਾ ਕ੍ਰਾਸ? ਤੁਸੀਂ ਲਾਲ ਅੱਖਾਂ ਦਾ ਕ੍ਰਾਸ ਦੇ ਦਿਓ, ਫਿਰੋਜ਼ਪੁਰੀਆਂ ਦਾ ਦੇ ਦਿਓ, ਜਿਹੜਾ ਮਰਜ਼ੀ ਦੇ ਦਿਓ ਟੈਡੀ। ਯਾਰ ਮੈਨੂੰ ਨਾ ਕਬੂਤਰ ਸਹੀ ਵਾਲੇ, ਕਬੂਤਰ ਸਖੀ ਵਾਲੇ, ਹਾਂਜੀ ਟੈਡੀ ਸਖੀ ਵਾਲੇ, ਹਾਂਜੀ ਲਾਲ ਅੱਖੇ ਮੀਆਂ ਸਾਹਿਬ ਵਾਲੇ, ਹਾਂਜੀ ਠੀਕ ਹੈ। ਇਹ ਬਾਕੀ ਆਏ ਨੇ ਤੇ ਇਹਨਾਂ ਸਾਰਿਆਂ ਦੇ ਪਿੱਛੇ ਫਿਰੋਜ਼ਪੁਰੀ ਨੇ, ਸਾਰਿਆਂ ਤੋਂ ਅੱਗੇ ਵੀ ਨੇ ਉਹ, ਇਹਨਾਂ ਸਾਰਿਆਂ ਚੌਧਰੀ ਵਾਲੇ ਪਿੱਛੇ ਫਿਰੋਜ਼ਪੁਰੀ ਮੀਆਂ ਸਾਹਿਬ ਵਾਲੇ, ਕਬੂਤਰਾਂ ਦੇ ਪਿੱਛੇ ਫਿਰੋਜ਼ਪੁਰੀ ਸਾਰੇ, ਠੀਕ ਹੈ। ਫਿਰੋਜ਼ਪੁਰੀ ਹੁੰਦੇ ਕਿਵੇਂ ਦੇ ਨਜ਼ਰ ਆਏ ਤੇ ਤੁਸੀਂ? ਭਾਜੀ ਉਹਨਾਂ ਦੀ ਤੇ ਅੱਖ ਰਿੰਗ ਵਾਲੀ ਹੁੰਦੀ, ਮੈਲੀ ਦੀ ਅੱਖ ਹੁੰਦੀ ਹੈ, ਹਰ ਕਬੂਤਰ ਦੀ ਅੱਖ 'ਚ ਰਿੰਗ ਹੁੰਦਾ, ਕੋਈ ਕਬੂਤਰ ਆਸੇ ਜਿੰਦਾ ਰਹਿ ਗਿਆ। ਅੱਛਾ ਫਿਰੋਜ਼ਪੁਰੀ ਹੁੰਦੇ ਨੇ, ਮਿਸੇ ਇਹਨਾਂ ਦੇ ਡੋਰੇ ਵੀ, ਇਹਨਾਂ ਦੇ ਪੰਜ ਚਾਰ ਡੋਰੇ ਹੁੰਦੇ ਨੇ ਅੱਖ 'ਚ। ਫਿਰੋਜ਼ਪੁਰੀ ਹੁਣ ਅਸਲ ਕਬੂਤਰ ਗੂੜੇ ਸਲਾਰੇ ਨੇ ਮਿਸੇ ਜਾ, ਤੇ ਹੁਣ ਹਲਕੀ ਜੀ ਮੈਲੀ ਅੱਖ ਹੁੰਦੀ ਉਹ ਕਹਿੰਦੇ ਫਿਰੋਜ਼ਪੁਰੀ ਹੈ, ਇਸ ਤਰ੍ਹਾਂ ਹੁੰਦਾ ਜੀ। ਤੇ ਇਸੇ ਤੋਂ ਤੁਹਾਡੇ ਕੋਲ ਪੁੱਛਣਾ ਨਾ ਵੀ ਦੱਸ ਦਿਓ ਲੋਕਾਂ ਨੂੰ ਪਤਾ ਲੱਗ ਜੇ, ਲੋਕੀ ਲੁਟੀਨ ਨਾ ਫਿਰੋਜ਼ਪੁਰੀ ਕਰਕੇ ਲੋਕੀ ਲੱਖਾਂ ਰੁਪਇਆ ਲੈਂਦੇ ਨੇ, ਸਾਰਿਆਂ ਨੂੰ ਪਤਾ ਭਾਜੀ, ਤੁਸੀਂ ਮੈਨੂੰ ਨਹੀਂ ਪਤਾ, ਮੈਨੂੰ ਦੱਸੋ, ਮੈਨੂੰ ਨਹੀਂ ਪਤਾ। ਗੱਲ ਹੈਗੀ ਆਪਣੀ ਆਪਣੀ ਤਾਜ਼ੀ ਪਸੰਦ ਦੇ ਕਬੂਤਰ, ਚੰਗਾ ਕਬੂਤਰ ਮੇਰਾ ਤੁਹਾਡਾ, ਚੰਗਾ ਕਬੂਤਰ ਨਵੀਦ ਦਾ, ਚੰਗਾ ਕਬੂਤਰ ਤੁਹਾਡਾ, ਉਹ ਚੰਗਾ ਇੱਕੋ ਜਿਹਾ ਹੋਣਾ, ਹਾਂਜੀ ਉਹ ਕਿਵੇਂ ਦਾ ਹੁੰਦਾ ਉਹ ਦੱਸੋ ਸਾਨੂੰ ਉਸਤਾਦ। ਇਹ ਤਾਂ ਦੈ ਅਸੀਂ ਭਾਈ ਟੈਡੀ ਕਬੂਤਰ ਸਾਰੀ ਬਲੱਡ ਚੰਗਾ, ਉਹ ਕਿੱਥੋਂ ਹੁਣ ਉਹਨੂੰ ਡ੍ਰਿਪ ਲਾ ਕੇ ਪਤਾ ਕਰੀਏ ਦਾ ਬਲੱਡ ਚੰਗਾ, ਕਬੂਤਰ ਸਮਾਨ ਦੇ ਘੋੜਾ ਮੈਦਾਨ ਚ ਦੱਸਦਾ, ਤੇ ਮੇਰਾ ਭਰਾ ਜੰਗਲੀ ਕਬੂਤਰ ਵੀ ਅਸਮਾਨ ਹੀ ਝੁੱਟਦਾ, ਜੰਗਲੀ ਕਬੂਤਰ ਵੀ ਅਸਮਾਨ ਹੀ ਝੁੱਟਦਾ ਯਾਰ, ਫਿਰ ਪਤਾ ਲੱਗਦਾ ਜੰਗਲੀ ਨਹੀਂ ਉੱਡ ਸਕਦਾ, ਕਿਉਂ ਨਹੀਂ ਉੱਡ ਸਕਦਾ, ਨਹੀਂ ਉੱਡਦਾ ਜੀ, ਉਹ ਤਾਰਾਂ ਚ ਵੱਜਦਾ, ਹਾਂਜੀ ਉਹਨੇ ਇਥੋਂ ਨਿਕਲਦਾ ਉੱਥੇ ਜਾ ਕੇ ਦੂਜੇ ਘਰ ਬੈਠੇ ਹੋਣਾ। ਅੱਛਾ ਕਿਵੇਂ ਪਤਾ ਲੱਗਦਾ ਖੂਨ ਚੰਗਾ? ਖੂਨ ਚੰਗਾ ਸਾਜੀ ਡਾ ਕੇ ਯਾਰ, ਮੇਰੇ ਵਰਗਾ ਨਲਾਇਕ ਬੰਦਾ ਨਹੀਂ ਉਡਾ ਸਕਦਾ, ਨਹੀਂ ਟਾਈਮ ਤੇ ਕਿਵੇਂ ਪਤਾ ਲੱਗੇ? ਮੈਂ ਨੌਕਰੀ ਕਰ, ਮੈਨੂੰ ਇੱਕ ਗੱਲ ਦਾ ਜਵਾਬ ਦੇ, ਮੈਂ ਬੱਚਿਆਂ ਦਾ ਪੇਟ ਪਾਲਾਂਗੇ, ਕਬੂਤਰ ਉਡਾਵਾਂ, ਮੇਰੇ ਕੋਲ ਨਹੀਂ ਟਾਈਮ। ਮਾੜਾ ਬੰਦਾ ਯਾਰ, ਮੈਂ ਮਾੜਾ ਨਹੀਂ, ਮੈਂ ਮਾੜਾ ਨਹੀਂ, ਟਾਈਮ ਨਹੀਂ ਆਇਆ, ਹੁਣ ਗੱਲ ਤਾਂ ਸੁਣ ਲੈਣਾ ਪੂਰੀ, ਰਿਕਾਰਡ ਹੁੰਦੀ ਹੈ ਸਾਰੀਆਂ ਜਾਣੀ। ਅੱਛਾ ਮੈਨੂੰ ਦੱਸ, ਚੰਗੇ ਖੂਨ ਦਾ ਕਿਵੇਂ ਪਤਾ ਲੱਗਦਾ? ਉੱਡ ਬਗੈਰ ਉਡਾਇਆ ਸਾਲ ਹੋ ਗਏ ਨੇ, ਸਾਡੇ ਖਾਨਦਾਨ ਕਬੂਤਰ, ਮਾਂ ਪਿਓ ਚਾਚੇ ਦਾਦਿਓ ਕਬੂਤਰ ਪਾਲਦੇ, ਠੀਕ ਹੋ ਠੀਕ ਹੈ। ਮੈਨੂੰ ਬੜੇ ਬੜੇ ਉਸਤਾਦ ਆਏ ਨੇ ਸੀ, ਫੇਲ ਹੁੰਦੇ ਵੇਖੇ ਨੇ, ਕਈ ਉਸਤਾਦ ਐਸਾ ਕਬੂਤਰ ਨੇ ਫੇਲ ਕਰਕੇ ਜਾਂਦੇ ਨੇ, ਉਹੀ ਕਬੂਤਰ ਸਭ ਤੋਂ ਜ਼ਿਆਦਾ ਉੱਡ ਰਿਹਾ ਹੁੰਦਾ, ਉਹ ਸਭ ਤੋਂ ਜ਼ਿਆਦਾ ਉੱਡਦਾ ਹੁੰਦਾ, ਉਹ ਕਹਿ ਕੇ ਜਾਂਦਾ ਕਦੀ ਉਸਤਾਦ ਨੇ ਨੀ ਕਿਹਾ ਭੈੜਾ ਕਬੂਤਰ ਹੀ, ਤੇ ਦੋ ਦਿਨਾਂ ਬਾਅਦ ਫੋਨ ਕੀਤਾ ਯਾਰ ਉਹ ਭੈੜਾ ਕਬੂਤਰ ਮੈਨੂੰ ਦੇ ਦੇ ਤੂੰ ਚੰਗਾ ਲੈ ਜਾ, ਬਾਅਦ ਚ ਕਹਿੰਦੇ ਨੇ ਨਾ ਪਹਿਲੇ ਫੇਲ ਕਰ ਜਾਂਦੇ ਨੇ, ਠੀਕ ਹੈ ਨਾ, ਸਭ ਤੋਂ ਪਹਿਲੇ ਕਬੂਤਰ ਉਡਾਓਗੇ ਨੇ ਤੁਹਾਨੂੰ ਆਪੀ ਬਲੱਡ ਦਾ ਪਤਾ ਲੱਗ ਜਾਏ ਕਿਹੜਾ ਕਬੂਤਰ ਚੰਗਾ ਆਡ ਹੈ। ਕਬੂਤਰ ਖੁੱਲੇ ਜੋੜਾਂ ਦਾ ਵੀ ਉੱਡਦਾ, ਛੋਟੀ ਹੱਡੀ ਵਾਲਾ ਵੀ ਕਬੂਤਰ ਉੱਡਦਾ, ਹੱਡੀ ਪੂਛਲ ਵਾਲਾ ਵੀ, ਠੀਕ ਹੈ ਨਾ। ਕਈ ਕਹਿੰਦੇ ਜੀ ਪਰ ਤੀਜਾ ਨੌਵਾਂ ਬਾਹਰ ਹੋਣਾ ਚਾਹੀਦਾ, ਦਸਵਾਂ ਛੋਟਾ ਹੋਣਾ ਚਾਹੀਦਾ, ਇਹ ਕੋਈ ਗੱਲ ਨਹੀਂ ਹੈਗੀ। ਕਬੂਤਰ ਜਿਹੜਾ ਨਹੀਂ ਹੁੰਦਾ ਫੈਕਟਰ ਤੇ ਮੇਰੀ ਜਾਨ ਹੁੰਦੇ ਨਾ, ਜਿੰਦਾ ਦਸਵਾਂ ਪਰ, ਜਿੰਦਾ ਦਸਵਾਂ ਪਰ ਵੱਡਾ ਝੂਠਾ ਹਿਟਲਰ ਉਹਨੇ ਇੱਟ ਮਾਰਨੀ, ਤੇ ਵੇਖੋ ਨਾ ਤੇ ਹੁਣ ਜੇ ਸੱਤ ਬਾਜ਼ੀਆਂ ਤੇ ਟੈਂਪਰੇਚਰ 47 ਹੈ ਤੇ ਫਿਰ ਉਹਨੇ ਤੇ ਆਪਣੀ ਔਕਾਤ ਵਹਾਣੀ ਹੈ ਵੱਡੇ ਪਾਰਾਂ ਲੈਣ, ਦਸਵਾਂ ਛੋਟਾ ਹੋਣਾ ਲਾਜ਼ਮ ਹੈ ਅੱਛੇ ਕਬੂਤਰ ਦਾ, ਇੰਜ ਨਾ ਕਰੋ ਜਿਹੜਾ ਪੁਆਇੰਟ ਚੰਗਾ। ਮੈਂ ਤੁਹਾਨੂੰ ਇਹ ਗੱਲ ਕਰਨਾ ਕਿ ਕਈ ਦਸਵੇਂ ਬਰਾਬਰ ਵਾਲੇ ਵੀ ਉੱਡਦੇ ਨੇ ਲੇਕਿਨ ਬਹੁਤ ਘੱਟ, ਦਸਵਾਂ ਨਾਵਾਂ ਤੇ ਅੱਠਵਾਂ ਬਰਾਬਰ ਹੈ, ਉਹਨੂੰ ਅੱਖਾਂ ਬੰਦ ਕਰਕੇ ਜੋੜਿਆਂ ਪਾ ਲਓ, ਜੋੜੇ ਪਾ ਦਿਓ ਜਿਹੜੇ ਤਿੰਨੇ ਬਰਾਬਰ ਦੇ ਬਾਰ ਬਾਰ, ਹਾਂਜੀ ਉਹਨੂੰ ਜੋੜਿਆਂ ਪਾ ਦਿਓ, ਉਹ ਤੇ ਕਬੂਤਰ ਦੀ ਖੀਰ ਹੈ ਨਾ। ਹਾਂਜੀ ਉਸਤਾਦ ਜੀ, ਕਾਲਾ ਜਾਦੂ ਹੋ ਗਿਆ ਯਾਰ ਇਹ ਗੱਲ ਸਾਜੀ, ਨਹੀਂ 11 ਕਬੂਤਰ ਗਏ ਨੇ, 2 ਬਹਿ ਗਏ ਨੇ ਤੇ 3 ਦੇ 9 ਕਬੂਤਰ ਛੱਤ ਨਾਲ ਲੱਗੇ, 7 ਨਾਲ 9 ਕਬੂਤਰ ਛੱਤ ਨਾਲ ਲੱਗੇ ਨੇ, ਸ਼ਾਮ ਮਗਰਬ ਤੱਕ ਲੱਗੇ ਰਹੇ ਨੇ, ਉਹ ਇਹਨਾਂ ਦੇ ਖੁੱਡੇ ਚ ਤਵੀਜ਼ ਨਿਕਲੇ ਤੇ ਉਹ ਜਿਹੜੇ ਇਹਨਾਂ 9 ਨਹੀਂ ਆਏ। ਫਿਰ ਉਸ ਤੋਂ ਪਹਿਲੇ ਵੀ ਇੱਕ ਦਫਾ ਹਾਦਸਾ ਹੋਇਆ, ਇਹਨਾਂ ਦੇ ਕਬਰਸਤਾਨ ਸਾਹਮਣੇ ਹੈਗਾ, ਉੱਥੇ ਇੱਕ ਬੰਦਾ ਟੂਣਾ ਕਰਕੇ ਗਿਆ, ਇਹਨਾਂ ਦੇ 7 ਕਬੂਤਰ ਨੇ ਬੈਠੇ। ਤੁਸੀਂ ਫਾਰਮੂਲੇ ਬਦਲ ਕੇ ਵੇਖ ਲੋਕਾ ਗੱਲ ਠੀਕ ਹੈ, ਮੇਰੇ ਉਸਤਾਦਾਂ ਦੇ ਕਬੂਤਰਾਂ ਦੇ ਨਾ ਬਾਬੇ ਸਤਾਰ ਦੇ ਕਬੂਤਰਾਂ ਦੇ ਵੀ ਜਾਦੂ ਹੋ ਗਿਆ ਸੀ, ਤਵੀਤ ਅਗਲੇ ਛੱਤ ਦੇ ਉੱਤੇ ਪਾ ਗਏ ਸਰ। ਸਾਜੀ ਦੇਖੋ ਅਸੀਂ ਕਬੂਤਰ ਡਾਏ ਨੇ, ਕਬੂਤਰ ਅੱਗੇ ਪਿੱਛੇ ਨੁਕਸਾ ਲਾਈਦਾ, ਕਬੂਤਰ ਘਰ ਬਹਿੰਦੇ ਨੇ, ਯਾਨੀ ਚੈੱਕ ਕਰਦੇ ਨੇ ਡਾ, ਕਬੂਤਰ ਬਾਜ਼ ਹੋਵੇ ਤਾਂ ਪਹਿਲੇ ਚੈੱਕ ਕਰਦਾ ਕਿ ਕਬੂਤਰ ਕਿੱਥੋਂ ਤੱਕ ਜਾਂਦਾ ਨੁਕਸੇ ਤੇ, ਫਿਰ ਬਾਜ਼ੀ ਨੂੰ ਲਾਉਂਦਾ, ਬਾਜ਼ੀ ਨੇ ਨੁਕਸਾ ਲਾਉਂਦੇ ਘਰ ਨੀ ਬਹਿੰਦੇ,
अगे पिछे घर पे शाम तक पे और फिर बंदे भी फड़े यार। फिर तुसी पीर चंगा फड़ लो। पीर फड़े जी हुण पीर नवीद साहब नु फड़े पीर साहब हाई साहब ने हाँ जी हाई साहब को तोड़ कीता पानी दम करा के देता हाई साहब ने पानी सानू पानी दम करा दिता पंजाबी दा शेर है पीर मिले ते हो भी नहीं सकदा हुण पीर मिले ते पीड़ ना जावे हाँ जी पीर की करना हो पीर नाल पीड़ तोड़ गई जी पक्की गल है हाई साहब पक्का तोड़ कीता पीड़ गई है जी यार असि 2 साल बड़ा पीर पानी पूरी जाके दिता है अच्छा यार की सत्ते घर बैठे ओ ठीक है यानी के सर होया साल बड़ा दलील होए हैं बहुत दी मेहरबानी माल फाने पानी फड़ लिया पिछे बीमार आप हो गए जी इस जैलस पाने साजी जी छत उत्ते जांदी ना बड़ी बड़ी दुनिया एक जी जैलस हुंदी है नजर खा जाती नजर खा जाती नहीं यार की मीर साडा एक ग्रुप सी 12 13 बंदे नहीं थे ਸਾਨੂੰ ਤੋੜ ਨਹੀਂ ਸਕਦਾ ਸਾਰੇ ਪਾੜ ਗਏ ਆਸ ਆਸ ਫਿਰ ਇਕੱਠੇ ਹੋ ਰਹੇ ਸੀ ਚਲੋ ਮਾਸ਼ਾਅੱਲਾ ਹਾਂਜੀ ਤੁਸੀਂ ਕੀ ਆਂਦੇ ਕਬੂਤਰ ਵੀ ਬੈਠ ਜਾਣਾ ਫਿਰ ਤੁਸੀਂ ਸਾਨੂੰ ਫਿਰੋਜ਼ਪੁਰੀ ਦੀ ਪਛਾਣ ਨਹੀਂ ਦੱਸਣੀ ਨੀਲੇ ਡੋਰੇ ਹੁੰਦੇ ਨੇ ਤਾਜੀ ਲੈਦਾ ਲੈਦਾ ਉਹਨਾਂ ਦਾ ਇੱਕ ਫਿਰੋਜ਼ਪੁਰੀ ਦੀ ਡਿਮਾਂਡ ਹੈ ਆਪਣੀ ਯਾਰ ਡੋਰੇ ਦੱਸੋ ਹੁਣ ਅਸੀਂ ਹੁਣ ਡੋਰਿਆਂ ਦਾ ਉਹ ਕੈਮਰਾ ਫਿੱਟ ਕਰਨੇ ਆ ਕਿਸ ਤਰ੍ਹਾਂ ਦਾ ਹੁੰਦਾ ਯਾਰ ਇੱਕ ਚਿੱਟਾ ਵਿੱਚ ਨੀਲਾ ਕੋਈ ਕਾਲਾ ਨਹੀਂ ਮਾਈਕਰੋਸਕੋਪ ਲਿਆਓ ਹਾਂ ਕਬੂਤਰ ਦੀ ਨਾ ਜਿਹੜਾ ਅੱਖ ਦਾ ਨੂਰ ਹੋਣਾ ਚਾਹੀਦਾ ਨਾ ਨਿੱਕਾ ਹੋਣਾ ਚਾਹੀਦਾ ਅੱਛਾ ਕਈਆਂ ਦਾ ਨਾ ਨਿੱਕਾ ਹੁੰਦਾ ਧੁੱਪੇ ਚ ਕਈਆਂ ਦਾ ਛਾਂ ਚ ਕਈਆਂ ਦਾ ਰਹਿੰਦਾ ਇੱਕੋ ਜਿਹਾ ਚੰਗਾ ਕਿਹੜਾ ਨੂਰ ਹੁੰਦਾ ਜਿਹੜਾ ਘੱਟ ਵੱਧ ਕਰਦਾ ਛੋਟਾ ਜ਼ੂਮ ਜਿਹੜਾ ਜਿਹੜਾ ਜ਼ੂਮ ਹੁੰਦਾ ਜ਼ੂਮ ਆਊਟ ਹੁੰਦਾ ਤੇ ਉਹ ਹਨੇਰੇ ਦੇ ਵਿੱਚ ਨਾ ਫੋਲੀ ਅੱਖ ਦੇ ਉੱਤੇ ਫੈਲ ਜਾਂਦਾ ਜੇ ਨਾਲ ਉਹ ਵੀ ਤੇ ਵੇਖੋ ਉਹ ਵੀ ਉਹਨੂੰ ਕਿਸੇ ਕਿਉਂ ਫਾਇਦਾ ਗਰਮੀ ਹੈ ਨਾ ਗਰਮੀ ਦੇ ਵਿੱਚ ਫਿਰ ਕਬੂਤਰ ਉਹੀ ਉੱਡਦਾ ਅੱਛਾ ਜੇ ਇੱਕ ਕਬੂਤਰ ਦਾ ਨੂਰ ਛੋਟਾ ਹੈ ਉਹ ਛਾਵੇਂ ਵੀ ਛੋਟਾ ਹੈ ਧੁੱਪੇ ਵੀ ਛੋਟਾ ਹੈ ਅਸਮਾਨੇ ਵੀ ਛੋਟਾ ਹੈ ਥੱਲੇ ਵੀ ਛੋਟਾ ਹੈ ਔਰ ਰਹਿੰਦੇ ਹੀ ਛੋਟਾ ਹੈ ਉਹਦਾ ਜੋੜ ਕੋਈ ਨਹੀਂ ਉਹ ਚੰਗਾ ਦੇਖੋ ਹੁਣ ਜਿਹੜਾ ਜ਼ੂਮ ਮੇਰੇ ਨਾਲ ਬੜੇ ਲੋਕਾਂ ਨੇ ਇਖਤਲਾਫ ਕਰਨਾ ਉਸਤਾਦ ਜੀ ਜਿਹੜਾ ਜਿਹੜਾ ਧੁੱਪੇ ਚ ਬਰੀਕ ਹੋ ਜਾਂਦਾ ਹੈ ਛਾਂ ਚ ਫੈਲ ਜਾਂਦਾ ਉਹ ਹਨੇਰੇ ਚ ਬਹੁਤ ਜ਼ਿਆਦਾ ਫੈਲਦਾ ਉਹ ਕਬੂਤਰ ਘੱਟ ਹਨੇਰੇ ਚ ਬਹਿਣ ਦਾ ਕਾਬਲ ਹੋ ਲੇਕਿਨ ਜੋ ਗਰਮੀ ਜੇ ਕਈ ਕਬੂਤਰ 5-6-7 ਵਜੇ ਬਹਿ ਜਾਂਦਾ ਚੰਗਾ ਉਡਾਨ ਵਾਲੇ ਕਬੂਤਰ ਹੋਰ ਹੁੰਦੇ ਨੇ ਬੀੜੇ ਕਬੂਤਰ ਹੋਰ ਹੁੰਦੇ ਨੇ ਤੇ ਉਡਾਨ ਵਿਚ ਜਿਹੜੀ ਹੈ ਨਾ ਮੱਧਮ ਅੱਖ ਜ਼ਿਆਦਾ ਕਾਮਯਾਬ ਹੈ ਮੱਧਮ ਅੱਖ ਤੇਜ਼ ਅੱਖ ਦਾ ਕਬੂਤਰ ਕਬੂਤਰ ਜਿਹੜੇ ਨਾ ਉਹ ਕਾਮਯਾਬ ਨਹੀਂ ਹੈ ਅਗਰ ਜਿਸ ਤਰ੍ਹਾਂ ਲਾਲ ਡੋਰਾ ਆ ਜਾਂਦਾ ਹੈ ਸਫੈਦ ਅੱਖ ਏ ਲਾਲ ਅੱਖ ਏ ਇਹਨਾਂ ਦੋਵਾਂ ਦਾ ਆਪਸ 'ਚ ਲੋਕ ਕ੍ਰਾਸ ਦਿੰਦੇ ਨੇ 90% ਲੋਕ ਇਹੀ ਕ੍ਰਾਸ ਉਡਾ ਰਹੇ ਨੇ ਤੇ ਇਹਦਾ ਰਿਜ਼ਲਟ ਵੀ ਅੱਛਾ ਤੇ ਉੱਡਦੇ ਵੀ ਨੇ ਬਿਲਕੁਲ ਲੋ ਜੀ ਤੁਹਾਡਾ ਸਾਰੇ ਦੋਸਤਾਂ ਦਾ ਬਹੁਤ ਸ਼ੁਕਰੀਆ ਮਾਸ਼ਾਅੱਲਾ ਜੀ ਯਾ ਜੀ ਉਸਤਾਦ ਨਵੀਦ ਮੁਗਲ ਸਲਾਮ ਲਿਆ ਨਹੀਂ ਤੇ ਖੁਦਾਫਿਜ਼ ਪਹਿਲਾਂ ਹਾਂਜੀ ਉਸਤਾਦ ਜੀ ਕੀ ਹਾਲ ਯਾਰ ਸਲਾਮ ਦੇ ਅੱਗੇ ਵੀ ਟੁਰ ਪੈਲਾ ਤੁਹਾਨੂੰ ਖੁਸ਼ੀ ਹੋਈ ਹੈ ਵਜ੍ਹਾ ਹੈ ਕਿ ਚਾਰ ਭਰਾ ਇਕੱਠੇ ਹੋਏ ਨੇ ਐਸੇ ਲਈ ਔਰ ਬਹੁਤ ਅੱਛਾ ਅੱਛਾ ਬੜਾ ਅੱਛਾ ਫੀਲ ਕੀਤਾ ਲੜੋ ਨਾ ਯਾਰ ਢਾਡੀ ਮੇਰੇ ਯਾਰ ਓਕੇ ਅੱਛਾ ਤੁਹਾਡੇ ਕੋਲ ਕਿਹੜੇ ਕਬੂਤਰ ਨੇ ਮੈਂ ਕੋ ਰੇਠੇ ਹਾਂ ਰੇਠੇ ਰੇਠੇ ਟੋਲੀ ਟੋਲੀ ਵਾਲੇ ਕਬੂਤਰ ਰੱਖੇ ਸਿਟੀ ਵਾਲੇ ਸਿਟੀ ਵਾਲੇ ਟੋਲੀ ਵਾਲੇ ਇਹ ਸਾਰੇ ਇੱਕੋ ਜਿਹੇ ਹੁੰਦੇ ਨੇ ਸਿਟੀ ਮਾਰ ਕੇ ਦੇਖੋ ਅੱਛਾ ਕਿਵੇਂ ਸਿਟੀ ਤੇ ਲਾਂਦੇ ਹੁੰਦੇ ਰਹਿੰਦਾ ਉੱਥੇ ਪਹਾੜਾਂ ਉਹ ਤੁਸੀਂ ਜੁਗਦ ਬਾਅਦ ਹਾਂਜੀ ਉਸਤਾਦ ਹਾਂਜੀ ਦੱਸੋ ਕਿਵੇਂ ਦਾ ਕਬੂਤਰ ਰੱਖੇ ਹੋਏ ਜੀ ਰੱਠੇ ਰੱਖੇ ਨੇ ਔਰ ਟਾੜੀਆਂ ਕ੍ਰਾਸ ਮਾਰੇ ਆ ਠੀਕ ਹੈ ਔਰ ਇਹ ਜਾਂਦੇ ਵੀ ਨਹੀਂ ਉੱਡਦੇ ਵੀ ਨਹੀਂ ਨਾ ਜਾਂਦੇ ਨਾ ਜਾਨ ਛੁੱਟਦੀ ਨਾ ਉੱਡਦੇ ਨੇ ਬਸ ਗੇੜਾ ਲੈ ਕੇ ਬਹਿ ਜਾਂਦੇ ਨੇ ਬਸ ਜੀ ਦੋਸਤੋ ਯੇ ਨਵੀਦ ਭਾਈ ਕੇ ਦੋਸਤ ਅਹਿਬਾਬ
مزہ آیا ان سب سے مل کے دوستانہ ماحول میں, سب نے جو ہے نا وہ گفتگو کی, استادی شگردی کہیں نظر نہیں, بس پیار محبت.